भगवान वाल्मीकि जी ने याद करदा पिंड झंडेवाला चड़ैक मोगा विच भगवान वाल्मीकि जी मंदिर विच सरबत दे भले लई समूह पिंड दे सहयोग नाल पवित्र रामायण दा पाठ रखवाया गया जिस दा भोग मिति 7 अप्रैल 2023 नूं पवेगा। पिंड झंडेवाला दे नगर निवासी ते कमेटी दे मैंबरां वल्लों इस समागम विच पहुंचण लई संगतां नूं अपील कीती। मोगा तों राजा धालीवाल दी खास रिपोर्ट, तुसीं देखदे हो प्राइम रिकॉर्डिंग वीडियो टुडे चैनल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜ਼ਿਲ੍ਹਾ ਮੋਗਾ, ਪਿੰਡ ਝੰਡੇਵਾਲਾ, ਸਾਰੇ ਹੀ ਨਗਰ ਦੇ ਸੰਯੋਗ ਦੇ ਨਾਲ ਬਾਬਾ ਵਾਲਮੀਕਿ ਸਵਾਮੀ ਜੀ ਦੀ ਮੰਦਰ ਅਤੇ ਭਾਈ ਰਮਾਇਣ ਦਾ ਪ੍ਰਕਾਸ਼ ਅੱਜ 1 ਤਰੀਕ ਨੂੰ ਕੀਤਾ ਗਿਆ, ਜਿਹਦਾ ਭੋਗ 7 ਤਰੀਕ ਨੂੰ ਪਵੇਗਾ। ਪਹਿਲਾਂ ਸਾਲ ਦੀ ਤਰ੍ਹਾਂ ਇੱਥੇ ਇਹ ਪਾਠ ਹੁੰਦੇ ਸੀ, ਕੁਛ ਕਾਰਨ ਕਰਕੇ 5-7 ਸਾਲ ਪੈ ਗਏ ਨੇ ਅਤੇ ਇਹ ਪ੍ਰਾਰੰਭ ਨਹੀਂ ਹੋਏ। ਉਸ ਤੋਂ ਬਾਅਦ ਸੰਗਤਾਂ ਦੇ ਉਪਰਾਲੇ ਦੇ ਨਾਲ ਪੰਚਾਇਤ ਨੇ ਬਹੁਤ ਸਾਥ ਦਿੱਤਾ, ਸਾਡਾ ਨਗਰ ਦਾ ਬਹੁਤ ਸੰਯੋਗ ਆ। ਅਸੀਂ ਇਹ ਸਾਰੇ ਨਗਰ ਸੁੱਖ ਸ਼ਾਂਤੀ ਵਾਸਤੇ ਇੱਥੇ ਰਮਾਇਣ ਜੀ ਦੇ ਪਾਠ ਸ਼ੁਰੂ ਅੱਜ ਕਰ ਦਿੱਤੇ ਹਨ, ਜਿਨ੍ਹਾਂ ਦੇ ਭੋਗ 7 ਤਰੀਕ ਨੂੰ ਪੈਣੇ। ਅਸੀਂ ਨਗਰ ਦੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡਾ ਬਹੁਤ ਸੰਯੋਗ ਦਿੱਤਾ ਅਤੇ ਬਹੁਤ ਸਾਥ ਦਿੱਤਾ ਸਾਡਾ। ਸੰਗਤਾਂ ਨੂੰ ਬੇਨਤੀ ਹੈ ਕਿ ਭਾਈ 7 ਤਰੀਕ ਨੂੰ ਭੋਗ ਦੇ ਸਮੇਂ 'ਤੇ ਵੱਧ ਤੋਂ ਵੱਧ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ। ਸੰਗਤਾਂ ਵਾਸਤੇ ਭਾਈ ਟੁੱਟ ਲੰਗਰ ਪਾਣੀ ਦਾ ਪ੍ਰਸ਼ਾਦਾ ਪਾਣੀ ਇੱਥੇ ਤਿਆਰ ਹੋਊਗਾ, ਟੁੱਟ ਲੰਗਰ ਚਲਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਭੋਗ 'ਤੇ ਭਾਈ ਹੁਮ ਹਮਾ ਕੇ ਪਹੁੰਚਣਾ। ਜੋ ਬੋਲੇ ਸੋਨਰ ਪੈ, ਭਗਵਾਨ ਵਾਲਮੀਕਿ ਜੀ ਮਹਾਰਾਜ ਕੀ ਜੈ। ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ। ਚੌਜੀ ਪਾਤਸ਼ਾਹ ਪੂਰਨਾਥ ਮਹਾਰਾਜ ਕੀ ਜੈ। ਸਰਬੱਤ ਸਾਹ ਸੰਗਤ ਕੀ ਜੈ। ਗੁਰੂ ਪਿਆਰੀ ਸਾਹ ਸੰਗਤ ਜੀ, ਨਗਰ ਝੰਡੇਵਾਲਾ ਵਿਖੇ ਜ਼ਿਲ੍ਹਾ ਮੋਗਾ, ਸਾਹ ਸੰਗਤਾਂ ਦੇ ਸੰਯੋਗ ਨਾਲ ਅੱਜ ਸ਼ੁਭ ਦਿਹਾੜਾ ਸੰਗਰਾਂਦ ਦਾ ਔਰ 1 ਅਕਤੂਬਰ ਨੂੰ ਮੁੱਖ ਰੱਖਦੇ ਹੋਏ ਪਾਵਨ ਵਾਲਮੀਕਿ ਤੀਰਥ ਦੀ ਮਰਿਆਦਾ ਨੂੰ ਰੱਖਦੇ ਹੋਏ ਸਤਿਗੁਰਾਂ ਦੇ ਹੁਕਮ ਅਨੁਸਾਰ ਪਾਵਨ ਬਾਣੀ ਸ਼੍ਰੀ ਆਦਿ ਰਮਾਇਣ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਏ ਹਨ, ਜਿਨ੍ਹਾਂ ਦੇ ਭੋਗ 7 ਅਪ੍ਰੈਲ ਨੂੰ ਪਾਏ ਜਾਣਗੇ। ਸਾਧ ਸੰਗਤਾਂ ਨੇ ਸਮੇਂ 'ਚੋਂ ਸਮਾਂ ਕੱਢਦੇ ਹੋਏ ਇਸ ਪਾਵਨ ਵਾਲਮੀਕਿ ਮੰਦਿਰ ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਗੁਰੂ ਕੇ ਲੰਗਰ ਤੁੱਟ ਵਰਤਣਗੇ। ਸਾਧ ਸੰਗਤਾਂ ਦੇ ਸੰਯੋਗ ਨਾਲ ਸਰਬੱਤ ਦੇ ਭਲੇ ਲਈ ਇਹ ਭੰਡਾਰਾ ਪ੍ਰਾਰੰਭ ਕੀਤਾ ਗਿਆ, ਸੋ ਸਾਧ ਸੰਗਤਾਂ ਦੇ ਸੰਯੋਗ ਨਾਲ ਸੰਪੂਰਨ ਕੀਤਾ ਜਾਵੇਗਾ। ਦਾਸ ਸਤਨਾਮ ਸਿੰਘ ਪਿੰਡ ਵੱਡੇ ਘਰ ਤੋਂ ਇੱਥੇ ਗ੍ਰੰਥੀ ਸਿੰਘਾਂ ਦੀ ਹਾਜ਼ਰੀ ਨਿਭਾ ਰਹੇ ਹਨ। ਸੋ ਸਾਧ ਸੰਗਤਾਂ ਨੇ 7 ਅਪ੍ਰੈਲ ਨੂੰ ਇਸ ਪਾਵਨ ਵਾਲਮੀਕਿ ਮੰਦਿਰ ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਔਰ ਗੁਰੂ ਘਰ ਦੀਆਂ ਖੁਸ਼ੀਆਂ ਦਾ ਆਨੰਦ ਮਾਣਨਾ ਜੀ। ਜੋ ਬੋਲੇ ਸੋਨਰ ਪੈ, ਭਗਵਾਨ ਵਾਲਮੀਕਿ ਜੀ ਮਹਾਰਾਜ ਕੀ ਜੈ। ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ। ਚੌਜੀ ਪਾਤਸ਼ਾਹ ਪੂਰਨਾਥ ਮਹਾਰਾਜ ਕੀ ਜੈ। ਸਰਬੱਤ ਸਾਧ ਸੰਗਤ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਲ੍ਹਾ ਮੋਗਾ, ਪਿੰਡ ਝੰਡੇਵਾਲਾ, ਅਤੇ ਜੋ ਅਸੀਂ ਇੱਥੇ ਬਾਬਾ ਜੀ ਦੇ ਵਾਲਮੀਕਿ ਸਵਾਮੀ ਜੀ ਦੀ ਜਗ੍ਹਾ 'ਤੇ ਆਏ ਹਾਂ, ਅਤੇ ਇਹਦੇ ਵਿੱਚ ਅੱਜ 1 ਤਰੀਕ ਤੋਂ ਲਾ ਕੇ ਅਤੇ ਆਪਣੇ 7 ਤਰੀਕ ਨੂੰ ਇਹ ਭੋਗ ਪਾਏ ਜਾਣਗੇ ਰਮਾਇਣ ਦੇ, ਅਤੇ ਇਹਦੇ ਵਿੱਚ ਪਾਠ ਰਖਾਇਆ ਗਿਆ ਰਮਾਇਣ ਦਾ, ਅਤੇ ਸਾਰੇ ਇਲਾਕਾ ਨਿਵਾਸੀਆਂ ਦੇ ਸੰਯੋਗ ਦੇ ਨਾਲ, ਸਾਰੇ ਭੈਣਾਂ ਭਰਾਵਾਂ ਦੇ ਜਿੰਨੇ ਵੀ ਹੈਗੇ ਬਾਹਰ ਐਨ